ਨਾਭਾ ਦੇ ਸ਼ੇਰਾ ਵਾਲੇ ਗੇਟ ਸਥਿਤ ਗਰੋਵਰਸਨਸ ਮੈਡੀਕਲ ਦੁਕਾਨ ਵਿੱਚ ਲੱਖਾਂ ਦੀ ਚੋਰੀ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਦੁਕਾਨ ਮਾਲਕ ਨੇ ਦੱਸਿਆ ਕਿ ਜਦੋਂ ਸਵੇਰੇ ਦੁਕਾਨ ਖੋਲ੍ਹਣ ਲੱਗੇ ਤਾਂ ਉਹਨਾਂ ਦੇ ਤਾਲੇ ਟੁੱਟੇ ਹੋਏ ਸਨ ਤਾਂ ਉਹਨਾਂ ਦੇ ਗੱਲੇ ਵਿੱਚ ਪਏ ਕਰੀਬ 5 ਲੱਖ ਦੀ ਨਕਦੀ ਚੋਰੀ ਹੋ ਚੁੱਕੀ ਸੀ। ਉਹਨਾਂ ਕਿਹਾ ਕਿ ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੀ CCTV ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਪਰ ਉਹਨਾਂ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਤਿੰਦਰ ਕੁਮਾਰ ਦੀ ਰਿਪੋਰਟ। ਉਹਨੇ ਇਹ ਤਾਲੇ ਟੁੱਟੇ ਹੋਏ ਸੀਗੇ ਜੀ, ਤਾਲੇ ਟੁੱਟੇ ਹੋਏ ਸੀਗੇ, ਸਾਨੂੰ ਫੋਨ ਆਇਆ ਵੀ ਇੱਦਾਂ ਤਾਲੇ ਟੁੱਟੇ ਹੋਏ, ਇੱਥੇ ਪਿੱਛੇ 2-3 ਦੁਕਾਨਾਂ ਦੇ ਹੋਰ ਵੀ ਟੁੱਟੇ ਹੋਏ ਨੇ। ਬਸ ਇਸ ਤੋਂ ਬਾਅਦ ਅਸੀਂ ਜਦੋਂ ਦੁਕਾਨ 'ਤੇ ਆਏ ਔਰ ਸਾਨੂੰ ਦੇਖਿਆ ਨੁਕਸਾਨ ਦਾ ਪਤਾ ਲੱਗਿਆ ਸਾਡੀ ਦੁਕਾਨ 'ਤੇ। ਮੈਂ ਕੱਲ੍ਹ ਪੇਮੈਂਟ ਕਰਨੀ ਸੀ, ਇਸ ਕਰਕੇ ਆਹ ਬਿੱਲ ਬੁੱਕਾਂ ਪਈਆਂ ਨੇ ਸਾਰਾ ਕੁਝ, ਉਹਦੇ ਪੈਸੇ ਰੱਖ ਕੇ ਗਿਆ ਸੀ 4.5-5 ਲੱਖ ਰੁਪਇਆ ਸੀ, ਅੱਜ ਅਸੀਂ ਪੇਮੈਂਟ ਕਰਦੇ ਹਾਂ 6-7 ਤਰੀਕ ਦੇ ਵਿੱਚ ਹਰ ਮਹੀਨੇ ਲਗਾਤਾਰ। ਹੁਣ ਉਸ ਦਰਮਿਆਨ ਉਹ ਸਾਰੇ ਪੈਸੇ ਹੀ ਲੈ ਗਏ, ਉਹਨਾਂ ਨੇ ਕੋਈ ਹੋਰ ਛੇੜਛਾੜ ਨਹੀਂ ਕੀਤੀ, ਸਿਰਫ ਓਨਲੀ ਆਹ ਚੀਜ਼ਾਂ ਪੱਟੀਆਂ ਨੇ, ਗਲੇ ਪੱਟੇ ਨੇ ਉੱਦਾਂ ਗਲੇ ਲੱਗ, ਪੈਸੇ ਕੱਢਦੇ ਵੀਡੀਓ ਉਸ 'ਚ ਆ ਰਹੀ ਹੈਗੀ ਸਾਰਾ। CCTV ਫੁਟੇਜ ਕਿੰਨੇ ਬੰਦੇ ਦਿਖ ਰਹੇ ਹੈ? CCTV ਫੁਟੇਜ ਸਿਰਫ ਇੱਕ ਬੰਦਾ ਅੰਦਰ ਆਇਆ। ਤੁਸੀਂ ਜਿਹੜਾ ਕਹਿਣਾ ਚਾਹ ਰਹੇ ਹੋ 4.5-5 ਲੱਖ ਰੁਪਏ ਤੁਹਾਡੀ ਚੋਰੀ ਹੋ ਗਈ, ਹਾਂਜੀ ਹਾਂਜੀ, ਇਹ ਦੇਖ ਕੇ ਦੱਸੋ ਵੀ ਤੁਹਾਡੇ 4.5-5 ਲੱਖ ਚੋਰੀ ਹੈ, ਜਾਂ ਤੋਂ ਇਲਾਵਾ ਕੋਈ ਦਵਾਈਆਂ ਜਾਂ ਹੋਰ ਕਿਸੇ ਨੂੰ ਕੋਈ ਦਵਾਈਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ, ਸਿਰਫ ਓਨਲੀ ਪੈਸੇ ਕੋਈ ਦਵਾਈਆਂ ਮੈਂ ਦੇਖਿਆ ਵੀ ਨਹੀਂ, ਕਿਤੇ ਗਏ ਵੀ ਨਹੀਂ, ਸਿਰਫ ਆਏ ਉਹਨਾਂ ਲੋਕ ਪੱਟੇ ਪੈਸੇ ਲੈ ਗਏ। ਕਿੱਦਾਂ ਦੇਖਦੇ ਹੋ ਜਿਹੜਾ 5-7 ਦੁਕਾਨਾਂ ਦੀ ਚੋਰੀ ਹੋਇਆ, ਪੁਲਿਸ ਦੀ ਕਾਰਵਾਈ ਨੂੰ ਕਿੱਦਾਂ ਦੇਖਦੇ ਹੋ? ਪੁਲਿਸ ਦੀ ਕਾਰਵਾਈ ਸਵੇਰੇ 5:15 ਹੋ ਰਹੀ, ਹੁਣ ਪੁਲਿਸ ਦੀ ਕਾਰਵਾਈ ਅਸੀਂ ਕੀ ਬੋਲ ਸਕਦੇ ਹਾਂ ਦੱਸੋ ਨਾ ਜੀ ਤੁਸੀਂ। ਪੁਲਿਸ ਨੂੰ ਇਤਲਾਹ ਦਿੱਤੀ ਹੈ? ਅਸੀਂ ਪੁਲਿਸ ਨੂੰ ਇਤਲਾਹ ਕਰਤੀ, ਆਉਣ ਸਾਰੀ ਇਤਲਾਹ ਫੋਨ ਕੀਤਾ ਜੀ ਉਹਨਾਂ ਨੂੰ, ਮੌਕੇ ਤੇ ਆਈ ਸੀ? ਮੌਕੇ ਤੇ ਅੱਧੇ ਅਸੀਂ ਪਹਿਲਾਂ ਆਏ ਨਹੀਂ, ਅੱਧਾ ਘੰਟਾ ਉਸ ਤੋਂ ਬਾਅਦ ਅਸੀਂ ਥਾਣੇ ਗਏ, ਥਾਣੇ ਤੋਂ ਬਾਅਦ ਕਹਿੰਦੇ ਗਏ ਹੋਏ ਨੇ, ਅਸੀਂ ਵਾਪਸ ਆ ਕੇ ਉਸ ਤੋਂ 15-20 ਮਿੰਟ ਬਾਅਦ ਪੁਲਿਸ ਵਾਲੇ ਆਏ ਸਾਡੇ ਕੋਲ, ਆ ਕੇ ਸਾਨੂੰ ਕਹਿੰਦੇ ਤੁਸੀਂ ਦੇਖੋ ਕੈਮਰਾ ਕਰੋ, ਅਸੀਂ ਕਰਦੇ ਹਾਂ ਬਸ ਕੁਛ, ਕੋਈ ਸਾਨੂੰ ਉਹਨਾਂ ਦੀ ਕਾਰਵਾਈ 'ਚ ਕੋਈ ਉਹ ਨਹੀਂ ਨਜ਼ਰ ਆਇਆ, ਗਰਮਾਈ ਨਹੀਂ ਨਜ਼ਰ ਆਈ ਵੀ ਕੁਛ, ਨੋਰਮਲ ਵਾਰਦਾਤ ਨੂੰ ਮੰਨ ਕੇ ਚਲੇ ਗਏ। ਅਸੀਂ ਤਾਂ ਬੋੜਾ ਅਸੀਂ ਲੁੱਟੇ ਗਏ ਜੀ, ਜਿਹੜੇ ਕਹੀਏ ਜੀ ਅਸੀਂ ਪੱਟੇ ਗਏ ਜੀ, ਵਰਤਾਂ ਸਾਡੀ ਸਾਰੀ ਪੇਮੈਂਟ ਦੇਖੋ ਹੁਣ ਸਾਰੇ ਸਾਰਾ, ਹੁਣ ਇਹ ਦੇਖੋ ਮੇਰਾ ਇੱਕ ਵਾਰੀ ਬਿਜ਼ਨਸ ਦਾ ਦਾਰਾ ਹੁੰਦਾ ਸਾਰਾ ਸਾਡਾ ਹਿੱਲ ਗਿਆ, ਅਸੀਂ ਲੋਕਾਂ ਦਾ ਸਮਾਨ ਲੈ ਕੇ ਵੇਚਿਆ ਹੋਇਆ, ਉਹਨਾਂ ਦੀ ਪੇਮੈਂਟ ਕਰਨੀ ਮੰਥਲੀ ਦੀ ਮੰਥਲੀ ਪੇਮੈਂਟ ਹੁੰਦੀ ਆ, ਇੱਕ ਮਹੀਨੇ ਬਾਅਦ ਅਸੀਂ 1-30 ਤਰੀਕ ਤੱਕ ਅਸੀਂ ਸਮਾਨ ਲੈਂਦੇ ਹਾਂ, ਉਹਨੂੰ 5-6 ਤਰੀਕ ਅਸੀਂ ਪੇਮੈਂਟ ਕਰ ਦਿੰਦੇ ਹਾਂ, ਉਹਲੇ ਪੈਸੇ ਕੱਲ੍ਹ ਹੀ ਲਿਆ ਕੇ ਰੱਖੇ ਨੇ ਮੈਨੇ, ਹੁਣ ਸਾਰੇ ਸਾਰੇ ਦੀ ਸਾਰੇ, ਮੈਂ ਕਿਹਾ ਚੱਲ ਕੱਲ੍ਹ ਪੇਮੈਂਟ ਕਰਦੇ ਕਰਦੇ ਰਹਿ ਗਿਆ, ਉਸ ਤੋਂ ਬਾਅਦ ਇਹਨਾਂ ਨੂੰ ਹੋ ਗਿਆ, ਮੈਂ ਸਵੇਰੇ ਆਏ ਕਰਾਂਗੇ ਫੋਨ ਕਰਾਂਗੇ ਉਹ ਆਏ ਤੇ। CCTV ਵੀਡੀਓ ਦੇਖੀ ਆ, ਕੀ ਲੱਗਦਾ ਕੋਈ ਪੁਰਾਣਾ ਨੌਕਰ ਜਾਂ ਕੋਈ ਇਹੋ ਜਿਹਾ ਗੱਲਬਾਤ ਲੱਗਦੀ? ਨਹੀਂ ਜੀ ਸਾਨੂੰ ਕੋਈ ਇਹੋ ਜਿਹੀ ਗੱਲਬਾਤ ਨਹੀਂ ਲੱਗਦੀ। ਸਿਰਫ ਦਵਾਈਆਂ ਦੀ ਦੁਕਾਨਾਂ ਨੂੰ ਚੋਰਾਂ ਨੇ ਟਾਰਗੇਟ ਕੀਤਾ ਗਿਆ? ਨਹੀਂ ਸਰ, ਪਿੱਛੇ 2-3 ਦਵਾਈਆਂ ਦੁਕਾਨਾਂ ਨੂੰ ਵੀ ਟਾਰਗੇਟ ਕੀਤਾ ਕਿ ਇੱਕ ਧਰਮਪੁਰਾ ਬਾਜ਼ਾਰ ਜਿਹੜਾ ਸਾਨੂੰ ਪਤਾ ਇੱਕ ਡਿਪਾਰਟਮੈਂਟਲ ਸਟੋਰ ਨੂੰ, ਇੱਕ ਰਾਜਾ ਟੈਲੀਕਾਮ ਹੈ ਉੱਥੇ ਜਿਹੜਾ ਪਤਾ ਲੱਗਿਆ ਉਹਨਾਂ ਨੂੰ। हमारे कोचिंग इंस्टीट्यूट में बोथ स्कूलिंग एंड कोचिंग फैसिलिटी को लेंगे, उनको कोई भी एक्स्ट्रा ट्यूशन या कोचिंग लेने की जरूरत नहीं पड़ेगी। उनका समय और उनका पैसा दोनों हमारे साथ एडमिशन लेने पे बच सकता है।